ਲਗਾ ਦੇ ਜਰਾ ਹੋਰ ਮਿੱਤਰੋ ਕੀ ਹਾਲ ਚਾਲ ਆ ਕਹਿਣਾ ਸੀ ਤਾਂ ਅੱਜ ਪ੍ਰੋਗਰਾਮ ਬਣ ਗਿਆ ਕਹਿੰਦੇ ਚੱਲਦੇ ਆ ਸ਼ਿਮਲੇ ਮੰਨੀ ਮੁੰਡੇ ਕਹਿੰਦੇ ਰਿਹਾ ਨਹੀਂ ਜਾਂਦਾ ਕਹਿੰਦਾ ਸਾਥੋਂ ਦੇਖ ਇੱਧਰ ਲੈ ਗੇਤੀ ਉਹਦੇ ਨੀਕਰਾਂ 'ਚ ਹੋਇਆ ਫਿਰਦਾ ਗੱਭਰੂ ਆਹ ਦੇਖ ਲੈ ਵਿਆਹ ਕਰਵਾ ਕੇ ਵੇ ਮੈਨੂੰ ਗੱਲੋਂ ਰਹਿ ਗਿਆ ਆ ਰਹਿ ਗਿਆ ਇਹ ਗੱਲ ਮੈਨੂੰ ਨਹੀਂ ਕਹਿਣਾ ਆ ਇਹਦੀ ਗੱਲ ਹੀ ਕਰਦਾ ਮੈਂ ਦੋ ਘੰਟੇ ਦੇ ਸਫ਼ਰ ਬਾਅਦ ਪਹੁੰਚ ਚੁੱਕੀਆਂ ਗਈਆਂ ਸੰਗਤਾਂ ਲਾਂਟਿੰਗ ਮਾਲ ਦੇ ਵਿੱਚ ਜੰਡ ਸਾਹਿਬ ਨਾਲ ਨੇਗੇ ਤੇ ਪੱਲਾ ਵੀ ਨਾਲ ਆ ਕਹਿੰਦੇ ਊਂ ਤੇਰੀ ਧੱਕ ਬਹੁਤ ਪੈਂਦੀ ਆ ਉਸਤਾਦ ਪੂਰੀ ਦੇਖ ਲੈ ਕੀ ਆ ਇਹ ਯਾਰ ਰੁਮਾਲ ਵੀ ਰੱਖ ਓਏ ਗੋਡੇ ਤੇ ਮੰਨ ਰੁਮਾਲ ਇੱਥੇ ਮਾਸਕ ਹਜੇ ਵੀ ਜ਼ਰੂਰੀ ਆ ਸਪੈਸ਼ਲ ਮਾਸਕ ਲੈ ਕੇ ਆਏ ਹੁਣ ਜਾ ਕੇ ਪਹਿਲਾਂ ਐਂਟਰੀ ਨਹੀਂ ਹੋਣ ਦਿੱਤੀ ਤੂੰ ਦੇਖਿਆ ਆਪਾਂ ਦੋ ਥਾਂ ਤੇ ਗਏ ਆਂਗੇ ਉੱਥੇ ਆਪਾਂ ਨੂੰ ਆਈ ਹੁੰਦੀ ਹੈਗੀ ਹਨਾ ਕਿੱਥੇ ਉੱਥੇ ਗਏ ਆਂਗੇ ਦੇਖ ਰੀਲਾਂ ਤੇ ਜ਼ੋਰ ਦੇਖ ਇਹ ਰੀਲਾਂ ਤੇ ਜ਼ੋਰ ਗੱਭਰੂ ਕਹਿੰਦਾ ਬਹੁਤ ਟਾਈਮ ਹੋ ਗਿਆ ਉੱਤਰਿਆਂ ਨੂੰ ਅਤੇ ਖਾ ਪੀ ਲਈਏ ਕੇ ਐਫ ਸੀ ਤੋਂ ਬਣਾਏ ਗੱਲ ਨਹੀਂ ਕਰਦਾ ਉੱਥੇ ਅੰਡ ਪਾਲ ਚੱਲ ਕੋਈ ਚੱਕਰ ਨਹੀਂ ਸਾਰਾ ਕੁਛ ਚੱਲੂ ਅੱਜ ਤਾਂ ਇੱਥੇ ਬੜੀਆਂ ਫੋਟੋਆਂ ਕਰਾਈਆਂ ਸਾਹਮਣੇ ਬਾਈ ਜਦੋਂ ਕਹਿ ਰਿਹਾ ਸੀ ਵੀ ਜਾਣਾ ਕੇ ਐਫ ਸੀ ਤੋਂ ਆਹ ਦੇਖੋ ਦੱਬਦੇ ਕਿਤੇ ਇਹਨੇ ਤਾਂ ਆਪਣੇ ਵਿਆਹ 'ਚ ਸ਼ਗਨ 'ਤੇ ਲੱਗਣਾ ਸੀ ਦੋ ਵਜੇ ਠੀਕ ਨਾ ਗੱਲ ਹੈ ਤਾਂ ਪਸ਼ੂ ਵਾਲਾ ਖਾਣਾ ਪੀਣਾ ਹੀ ਹੈ ਛੋਟਾ ਲਾ ਲਿਆ ਹਿਸਾਬ ਮੈਂ ਹੈ ਧੱਕਾ ਹੀ ਆ ਫਲੇਵਰ ਹੀ ਤਾਂ ਅੱਜ ਟੇਸਟ ਨਹੀਂ ਕਰਾਇਆ ਇਸ ਤੋਂ ਟੇਸਟ
ਮਿੱਤਰੋ ਮੋਰਨੀ ਪਹੁੰਚ ਚੁੱਕੇ ਹਾਂਗੇ, ਟਾਈਮ ਵੀ ਹੋ ਚੁੱਕਿਆ ਗਾ, 7 ਵੱਜ ਚੁੱਕੇ ਨੇ। ਬੜਾ ਘੈਂਟ ਗੱਲਬਾਤ, ਬੜੀ ਘੈਂਟ ਗੱਲਬਾਤ ਆ। ਲੋਕੇਸ਼ਨ ਘੈਂਟ ਆ ਪਰ ਅੱਜ ਤਾਂ ਥੋੜ੍ਹਾ ਜਿਹਾ ਲੇਟ ਹੋ ਗਏ, ਕੱਲ੍ਹ ਨੂੰ ਇੱਥੇ ਰੌਣਕਾਂ ਲੱਗਣੀਆਂ ਹੈਗੀਆਂ ਨੇ। ਬੜਾ ਘੈਂਟ ਮੌਸਮ ਹੋਇਆ ਪਿਆ ਗਾ, ਦੇਖੋ ਗੱਲਬਾਤ ਸਿਰ ਹੈ। ਸਕੂਟਰ ਜੇ ਤਾਂ ਪੰਗਾ ਲੈ ਕੇ ਦੇਖੂੰ ਅੱਜ ਮੈਂ। ਮੇਰਾ ਫੀਲਿੰਗ ਆ ਗੱਲਬਾਤ ਪੂਰੀ ਓਕੇ ਹੋਏ, ਕੜੀਆ ਇੱਥੇ ਲੈ ਲਏ ਕਰਾਂ, ਅੱਜ ਲੱਕੜਾ ਲਏ ਇਹਦੇ ਆਖ ਕਮਰਿਆਂ 'ਚ ਪਾਵਾਂਗੇ। ਦੇਖੋ ਆਪਣਾ ਰੂਮ ਆ, ਦੇਖ ਸਕਦੇ ਬਾਬਿਓ, ਇਹ ਲਿੱਤਾ ਆਪਾਂ ਰੈਂਟ 'ਤੇ 1200 ਰੁਪਏ 'ਚ। ਗੱਲਬਾਤ ਪੂਰੀ ਓਕੇ ਰਿਪੋਰਟ ਹੈਗੀ। 2 ਕਮਰੇ ਲਿੱਤੇ, ਇੱਕ ਉੱਧਰਲਾ ਕਮਰਾ, ਦੇਖ ਸਕਦੇ ਤੁਸੀਂ ਬਾਹਰੋਂ ਲੋਕੇਸ਼ਨ। ਉੱਧਰ ਏ ਸੀ ਨਹੀਂ ਲੱਗਿਆ, ਏ ਸੀ ਇੱਕ ਕਮਰੇ 'ਚ ਹੀ ਆ, ਏ ਸੀ ਤਾਂ ਲੋੜ ਵੀ ਨਹੀਂ ਇੱਥੇ, ਏ ਸੀ ਠੰਡ ਹੈਗੀ। पसंद आया तो प्लीज हमारे चैनल को लाइक कमेंट एंड सब्सक्राइब करना मत भूलिए।